ਕੁਛ ਨਹੀਂ ਭੈਣ ਜੀ, ਵਿਆਹ ਵਿਊ ਕਰਾ ਕੇ ਤਾਂ ਕੰਮ ਔਖਾ ਹੀ ਆ। ਹੋਰ ਕੀ ਆ, ਮੈਂ ਲੱਭਣਾ ਸੀ ਕੋਈ ਜੱਜ ਵਕੀਲ ਕੋਈ ਇੱਦਾਂ ਦੇ ਬੰਦੇ ਦਾ ਮੇਰਾ ਵਿਆਹ। ਇਹ ਤੁਹਾਨੂੰ ਪਤਾ ਮੈਂ 4-5 ਵਾਰੀ BMA ਐਡ BCOM ਇੰਨੀਆਂ ਮੈਂ ਪੜ੍ਹਾਈਆਂ ਕੀਤੀਆਂ, 4 ਵਾਰੀ ਮੈਂ BEd ਕੀਤੀ, ਤਾਂ ਲੱਭਤਾ ਮੈਨੂੰ ਘਰਦਿਆਂ ਨੇ ਚੜਪਾਸੀ। ਹੋਰ ਸਾਰੀ ਦਿਹਾੜੀ ਅਮਲੀ ਜਿਹਾ ਜਰਾਈ ਲੈ ਕੇ ਪਿਆ ਰਹਿੰਦਾ, ਮਲਗਾਨੀ ਹਸਪਤਾਲ ਦੇ ਉਹਦੇ ਟੀਕੇ ਲੱਗਦੇ ਆ, ਹੋਰ ਕਿਤੇ ਸੁੱਤਾ ਨਹੀਂ ਉੱਠਦਾ, ਬੜਾ ਔਖਾ ਕੰਮ, ਬਹੁਤ ਖਰਾਬ ਆ, ਬਹੁਤ ਕੰਮ ਖਰਾਬ ਆ। ਹੋਰ ਮੈਂ 4 ਵਾਰੀ BEd ਕੀਤੀ, ਹੋਰ ਮੈਂ ਇੰਨੀ ਪੜ੍ਹੀ ਲਿਖੀ, ਹੁਣ ਮੇਰਾ ਦਿਲ ਕਰਦਾ ਸੀ ਮੈਂ ਐਲਟਸ ਕਰ ਲਵਾਂ। ਹੋਰ ਮੈਂ ਕਿਹਾ ਐਲਟਸ ਕਰਕੇ ਤਾਂ ਫਿਰ ਮੈਂ ਚੱਲ ਜਾਵਾਂ ਕਨੇਡੇ। ਐਲਟਸ ਹੀ ਹੁੰਦੀ ਕੁਛ, ਐਲਟਸ ਕੋਰਸ ਵਾ ਉਹ ਕਰ ਕੁਰ ਕੇ ਮੈਂ ਕਨੇਡੇ ਚੱਲ ਜਾਊਂਗੀ। ਫਿਰ ਮੈਂ ਜਾ ਕੇ ਉੱਥੇ ਅਮਲੀ ਨੂੰ ਤਲਾਕ ਦੇ ਦੇਣਾ। ਕੰਮ ਅਮਲੀ ਦਾ ਹੈਗਾ ਬਹੁਤ ਭਾਈ ਔਖਾ, ਮੈਂ ਨਹੀਂ ਉਹਦੇ ਨਾਲ ਕੱਟ ਸਕਦੀ। ਹੋਰ ਬਹੁਤ ਬੰਦਾ ਮੈਨੂੰ ਗਲਤ ਟੱਕਰ ਗਿਆ ਭੈਣ ਜੀ, ਮੈਂ ਬਹੁਤ ਹੈ। ਸਵੇਰੇ ਉੱਠ ਕੇ ਲੀਲੇ ਰੰਗ ਦਾ ਕੱਛਾ ਪਾ ਲੈਂਦਾ, ਨੀਲਾ ਨਹੀਂ ਹੁੰਦਾ, ਆਹੋ ਉਹੀ ਜਿਹੜਾ ਹੁੰਦਾ ਲੀਲਾ, ਲੀਲੇ ਰੰਗ ਦਾ ਕੱਛਾ ਪਾ ਲੈਂਦਾ, ਉਹ ਵੀ ਘਰ ਸੀਤਾ ਜਿਹੜਾ ਉਹਦੀ ਮਾਂ ਨੇ, ਵੀ ਬੰਦਾ ਏਡੇ ਸੋਹਣੇ ਸੋਹਣੇ ਕੱਛੇ ਬਾਜ਼ਾਰੋਂ ਮਿਲਦੇ ਉਹ ਲੈ ਆਵੇ, ਜੋਕੀ ਤੇ ਲੈ ਆਵੇ ਬੰਦਾ, ਹਨਾ ਕੋਈ ਜੋਕੀ ਤੇ ਲੈ ਆਵੇ, ਕੋਈ ਮੋਕੀ ਤੇ ਲੈ ਆਵੇ, ਅੱਛਾ ਜੋਕੀ ਤੇ ਲੈ ਆਵੇ। ਚੱਲ ਵੀ ਮੈਂ ਹੁਣ ਇੰਨੀ ਪੜ੍ਹੀ ਲਿਖੀ ਆ, ਹੁਣ ਮੈਨੂੰ ਸਾਰਾ ਕੁਛ ਪਤਾ ਆ, ਹੁਣ ਮੈਂ ਤਾਂ ਗੋਹਾ ਸਟਾਂ, ਹੁਣ ਇਸ ਐਲਸ ਚੋਂ ਮੈਂ ਅੱਜ ਜੇ ਐਲਟਸ ਕਰਨ ਲੱਗੂੰਗੀ ਮੇਰੇ 15 ਨੰਬਰ ਆ ਜਾਣੇ ਆ। ਅੱਛਾ ਹੋਰ ਮੇਰੇ 15 ਨੰਬਰ ਆ ਜਾਣੇ, ਮੈਂ ਆਪਾਂ ਮਾਂ ਅੱਧੇ ਪਿੰਡ ਨੂੰ ਨਾਲ ਕਨੇਡੇ ਲੈ ਜਾਵਾਂ। ਉਹ ਫਿਰ ਮੈਂ ਇੱਦਾਂ ਕਰੂੰਗੀ, ਜੇ ਉਹ 20-50 ਹਜ਼ਾਰ ਰੁਪਇਆ ਲੈ ਕੇ ਇੱਕ ਐਡਸ ਦਾ ਬੈਂਡ ਹੋਰ ਦੇ ਦੇਣਗੇ, ਫਿਰ ਮੈਂ ਵਿੱਚ ਪਾ ਕੇ ਤੁਹਾਨੂੰ ਵੀ ਲੈ ਜਾਊਂਗੀ ਨਾਲ। ਮੈਂ ਕਰ ਨਹੀਂ, ਸਾਹ ਨਹੀਂ ਏਦਾਂ ਬੰਦ ਹੁੰਦਾ, ਉਹ ਮਲਗਾਨੀ ਡਾਕਟਰ ਹੈਗਾ ਆ ਮੇਰੇ ਪੇਕਿਆਂ ਦੇ, ਉਦਾਂ ਹੁੰਦਾ ਕਿੱਡਾ ਗਿਆ ਬੈਂਡ, ਉਦਾਂ ਮੈਂ ਸੁਣਿਆ ਆ ਭੈਣ ਜੀ, ਕਹਿੰਦੇ ਬੈਂਡ ਦਾ ਲੱਤੀਆਂ ਲੰਮੀਆਂ ਵਾਲਾ ਹੀ ਹੁੰਦਾ, ਲੱਤਾਂ ਉਹਦੀਆਂ ਲੰਮੀਆਂ ਹੁੰਦੀਆਂ ਬੈਂਡ ਦੀਆਂ। ਹੋਰ ਬੈਠਣਾ ਕਿੱਦਾਂ ਉਹ, ਆਪਾਂ ਜਿੱਦਾਂ ਉਹਨੂੰ ਸਾਈਡ ਤੇ ਰੱਖ ਲੈਣਾ, ਆਪਾਂ ਜਹਾਜ਼ ਚ ਬਹਿ ਜਾਣਾ, ਆਪਣੇ ਕੋਈ ਆਂਢ ਗੁਆਂਢ ਦਾ ਸੁਣ ਲਊਗਾ, ਬੈਂਡ ਦੇ ਉੱਤੇ ਬਹਿ ਕੇ ਜਾਣਾ, ਆਪਾਂ ਉਹਦਾ ਬੈਂਡ ਆਪਣੇ ਨਾਲ ਹੀ ਜਾਣਾ, ਬੈਂਡ ਤੇ ਤਾਂ ਆਪਾਂ ਨੂੰ ਵੀਜ਼ਾ ਮਿਲਣਾ ਆ, ਉਹ ਬੈਂਡ ਤੇ ਆਪਾਂ ਨੂੰ ਵੀਜ਼ਾ ਮਿਲਣਾ ਆ, ਬੈਂਡ ਤੇ ਹੀ ਮੈਂ ਪੜ੍ਹਾਈ ਕਰਨੀ ਆ, ਉਹ ਫੇ ਬੈਂਡ ਤੇ ਹੀ ਜਾਣਾ ਆਪਾਂ, ਉਹ ਭੈਣ ਜੀ ਤੂੰ ਵੀ ਅਨਪੜ੍ਹਾਂ ਵਾਲੀਆਂ ਗੱਲਾਂ ਕਰਦੀ ਆ, ਇਹ ਬਾਜੀ ਵਾਲਾ ਬੈਂਡ ਥੋੜੀ ਆ, ਇਹ ਤਾਂ ਐਡਸ ਦਾ ਬੈਂਡ ਹੁੰਦਾ ਆ, ਇਹ ਬਾਹਰਲੇ ਮੁਲਕ ਤੋਂ ਆਉਂਦਾ, ਉੱਥੋਂ ਗੋਰੀਆਂ ਮੈਡਮਾਂ ਆਉਂਦੀਆਂ, ਉਹ ਆਪਾਂ ਨੂੰ ਪੜ੍ਹਾਈ ਕਰਾਉਂਦੀਆਂ, ਫਿਰ ਉਹ ਆਪਾਂ ਨੂੰ ਬੈਂਡ ਦਿੰਦੀਆਂ ਆ, ਉਹ ਫਿਰ ਮੈਂ ਤਾਂ ਹੁਣ ਬਹੁਤ ਪੜ੍ਹੀ ਲਿਖੀ ਆ, ਮੈਂ ਤਾਂ ਫਿਰ ਤੁਹਾਨੂੰ ਪਤਾ 15 ਲੈ ਹੀ ਲੈਣਾ, ਕੋਈ ਨਹੀਂ ਮੈਂ ਥੋੜ੍ਹੀ ਜਿਹੀ ਹੋਰ ਮਿਹਨਤ ਕੱਲ੍ਹ 16 ਲੈ ਲਊਂਗੀ, ਮੈਂ ਲੈ ਜਾਊਂਗੀ ਤੁਹਾਨੂੰ ਨਾਲ। ਮੈਂ ਤੁਹਾਨੂੰ ਜੱਫੀ ਪਾ ਕੇ ਲੈ ਜਾਊਂਗੀ, ਤੁਸੀਂ ਏਦਾਂ ਦੀ ਭਲਾ ਫਿਕਰ ਕਿਉਂ ਕਰਦੇ, 15 ਤਾਂ ਮੈਨੂੰ ਪਤਾ ਸੀਗਾ, ਮੈਂ ਸੋਚਿਆ ਸੀ ਚੱਲ 15 ਤਾਂ ਪਿੰਡ ਦੇ ਜਿਹੜੇ ਬੰਦੇ ਹੈਗੇ ਉਹ ਲੈ ਜਾਊਂਗੀ, ਪਰ ਮੈਂ ਚੱਲ ਉਹ ਗੋਰੀ ਮੈਡਮ ਨਾਲ ਗੱਲ ਕਰ ਲਊਂਗੀ, ਹਾਂ ਫਿਰ ਤਾਂ 17 ਹੋ ਜਾਣੇ ਆ, ਫਿਰ 30 ਕਰ ਲਵਾਂਗੇ ਆਪਾਂ, ਕੋਈ ਨੀ ਮੈਂ ਐਡਸ 2 ਵਾਰੀ ਕਰ ਲਊਂਗੀ। ਪਿੰਡ ਨੂੰ ਭੈਣ ਜੀ ਰਹਿਣ ਦਿੰਦੀ ਆ, ਫਿਰ ਮੈਂ ਤੁਹਾਡਾ ਹੀ ਸਾਰਾ ਲਾਣਾ ਬਾਣਾ ਲੈ ਚੱਲਦੀ ਆ ਨਾਲ, ਹਨਾ ਫਿਰ ਪਿੰਡ ਨੂੰ ਰਹਿਣ ਦਿੰਦੇ ਆ, ਫਿਰ ਤੁਸੀਂ ਹੋਰ ਵੀ ਇਕੱਠੇ ਕਰ ਲਓ, ਕੋਈ ਤੁਹਾਡੇ ਰਿਸ਼ਤੇਦਾਰ ਹੈਗੇ ਆ ਹਨਾ, ਕੋਈ ਦਰਾਣੀ ਜਠਾਣੀ ਕੋਈ ਨਨਾਣ ਭਰਜਾਈ, ਫਿਰ ਉਹਨਾਂ ਨੂੰ ਵੀ ਪੁੱਛ ਲਓ, ਫਿਰ ਆਪਾਂ ਪਿੰਡ ਵਾਲਿਆਂ ਨੂੰ ਰਹਿਣ ਦਿੰਦੇ ਆ, ਆਪਾਂ ਆਪੇ ਚੱਲ ਚਲਾਂਗੇ। ਨਹੀਂ ਮੈਂ ਆਪਣੇ ਨਿਆਣੇ ਨਹੀਂ ਲੈ ਕੇ ਜਾਣੇ, ਨਹੀਂ ਨਹੀਂ ਉਹ ਮੈਂ ਅਮਲੀ ਦੇ ਸਰਾਣੇ ਛੱਡ ਕੇ ਜਾਣੇ ਆ, ਨਹੀਂ ਉਹ ਨਹੀਂ ਮੈਂ ਲੈ ਕੇ ਜਾਣੇ, ਉਹ ਨਹੀਂ। ਹਾਂ ਇਹਨੂੰ ਵੀ ਤਾਂ ਪਤਾ ਲੱਗਿਆ ਵੀ ਇੱਜੜ ਨੂੰ ਸਾਂਭਣਾ ਕਿੱਦਾਂ, ਜੰਮਣ ਦਾ ਹੀ ਕਿਤੇ ਚਾਹ ਪਿਆ ਸੀਗਾ, ਮੇਰਾ ਤਾਂ ਅੱਗੇ ਲਹੂ ਪੀਤਾ ਇਹਨੇ ਬਹੁਤ ਜ਼ਿਆਦਾ। ਹਾਂ ਤੁਸੀਂ ਇਹਨਾਂ ਕਹੋ ਵੀ ਲਵਲੀ ਨੇ ਐਡਸ ਕਰ ਲਈ ਆ, ਅਤੇ ਐਡਸ 'ਚੋਂ ਉਹਦੇ ਨੰਬਰ 15 ਲੈ ਲੈਣੇ ਉਹਨੇ, ਅਤੇ ਕਹਿੰਦੀ ਮੈਂ 2 ਵਾਰੀ ਕਰ ਲਊਂਗੀ, ਪੜ੍ਹੇ ਲਿਖੇ ਬਹੁਤ ਆ ਉਹ, ਹਾਂ ਕੋਈ ਫਿਕਰ ਨਾ ਕਰਨ, ਕੋਈ ਗੱਲ ਨਹੀਂ, ਗੋਹਾ ਕੂੜਾ ਤਾਂ ਮੈਂ ਹੁਣ ਤੁਹਾਨੂੰ ਪਤਾ ਹੀ ਆ ਫਸੀ ਹੋਈ ਕਰਦੀ ਹਾਂ, ਉੱਦਾਂ ਤਾਂ ਤੁਹਾਨੂੰ ਪਤਾ ਮੈਂ ਸਾਰੀ ਦਿਹਾੜੀ ਮੈਰੀ ਪੈਰੀ ਕਰਦੀ ਰਹਿੰਦੀ ਹਾਂ, ਮੈਰੀ ਪੈਰੀ ਜਿਹੜਾ ਕਰੀਦਾ ਆ ਸਾਰੀ ਦਿਹਾੜੀ, ਮੈਂ ਪਾਰਲਰ 'ਚ ਰਹਿੰਦੀ ਹਾਂ, ਉਹ ਮੇਰਾ ਮੈਰੀ ਪੈਰੀ ਕਰਦੀਆਂ ਰਹਿੰਦੀਆਂ। ਹੋਰ ਆਹੋ ਉੱਦਾਂ ਅੱਜ ਲੱਗੀ ਆ ਮੇਰੇ ਪੈਰਾਂ ਨੂੰ ਮੈਲ, ਆਹ ਨੌਂ ਉੱਦਾਂ ਹੋਇਆ, ਅੱਧਿਆਂ 'ਤੇ ਨੌਂ ਪਾਲ 'ਚ ਲੱਗੀ ਆ, ਅੱਜ ਅੱਧਿਆਂ 'ਤੇ ਲੱਗੀ ਨਹੀਂ, ਉੱਦਾਂ ਤਾਂ ਮੈਂ ਸਾਰੀ ਦਿਨ ਮੈਰੀ ਪੈਰੀ ਕਰਾਉਂਦੀ ਰਹਿੰਦੀ ਹਾਂ। ਇਹ ਉਗਲੀਆਂ ਬਹੁਤ ਚਿੱਟੇ ਕੱਢਦੀਆਂ, ਹੱਥ ਪੈਰ ਇਹਦਾ ਕੂਚਾ ਕਾਚੀ ਕਰਦੀਆਂ ਬਹੁਤ, ਫਿਰ ਗੋਹਾ ਸਿੱਟ ਸਿੱਟ ਖਰੇ ਉਹ ਹੀ ਕਹਿੰਦੇ, ਪਤਾ ਨਹੀਂ ਉਹ ਪੜ੍ਹੇ ਲਿਖੇ ਨਹੀਂ ਇੱਦਾਂ ਕਹਿੰਦੇ, ਅਨਪੜ੍ਹ ਕਹਿੰਦੇ ਮੈਡੀ ਪੈਡੀ,
ਅਸੀਂ ਤਾਂ ਜਿੱਦਾਂ ਪੜ੍ਹੇ ਲਿਖੇ ਜ਼ਿਆਦਾ ਮੇਰੀ ਪੈਰੀ ਕਹਿੰਦੇ ਆ, ਮੇਰੀ ਪੈਰੀ ਹੁੰਦਾ ਉਹ, ਹੋਰ ਪੈਰ ਚਿੱਟੇ ਕੱਢ ਦਿੰਦੀਆਂ ਆ ਹੁਣ ਗੋਹੇ ਨਾਲ ਲਿਬੜੇ ਆ ਮੇਰੇ, ਮੈਂ ਕਢਾ ਕੇ ਕਹਿੰਦੀ ਸੀ ਵੀ ਜਿੱਦਾਂ ਮਤਲਬ ਹੁਣ ਸਾਡੇ ਵਿੱਚ ਕਈ ਨਿਆਣੇ ਨਿੱਕੇ ਨਿੱਕੇ ਵੀ ਆ, ਉਹਨਾਂ ਲਈ ਤਾਂ ਭਾਵੇਂ ਛੋਟਾ ਬੈਂਡ ਹੋਵੇ ਨਾ, ਆਪਾਂ ਆਪੇ ਕੋਈ ਨਹੀਂ ਬੈਂਡ ਛੱਡ ਪੀਪਾ ਲੈ ਜਾਓ, ਇਹਨੂੰ ਵੀ ਲੈ ਜਾਣੇ ਤੇ ਨਿਆਣੇ ਆ ਤਿੰਨ, ਕਿੰਨੇ ਨਿਆਣੇ ਤੇ ਤਿੰਨ ਨਿਆਣੇ ਘਰ ਲੈ ਜਾਣਾ, ਮੈਂ ਕਹਿੰਦੀ ਬੈਂਡ ਛੱਡ ਕਰ, ਮੈਂ ਵੀ ਨਹੀਂ ਆਪਣਾ ਜਾਣਾ, ਤੂੰ ਵੀ ਨਹੀਂ ਲੈ ਜਾਣੀ, ਨਿਆਣੇ ਲੈ ਜਾਂਦੀ ਸਹੀ ਆ, ਘਰ ਘੂਰ ਵਾਲੇ ਨਹੀਂ ਨਾਲ ਲੈ ਕੇ ਜਾਣੇ, ਘਰ ਵਾਲੇ ਨਹੀਂ, ਆਪਾਂ ਉੱਥੇ ਜਾ ਕੇ ਗੋਰੇ ਦੇਖਾਂਗੇ, ਹੋਰ ਚੱਲ ਉਹ ਨਹੀਂ ਆਪਾਂ ਉਹਨਾਂ ਨੂੰ ਨਹਾਉਣ ਲਾ ਦੇਵਾਂਗੇ, ਆਪਾਂ ਨੂੰ ਸਮੁੰਦਰ ਤੇ ਨਹਾ ਕੇ ਲਿਆਇਆ ਕਰਾਂਗੇ, ਨਾਲੇ ਆਪਾਂ ਆਪ ਵੀ ਨਾਲ ਨਹਾ ਕੇ ਆਇਆ ਕਰਾਂਗੇ, ਪਾਣੀ ਲੂਣ ਵਾਲਾ ਹੁੰਦਾ ਅੜੀਏ, ਓਹੋ ਫੇਰ ਭੈਣ ਜੀ ਇੱਦਾਂ ਕਰਾਂਗੇ ਆਪਾਂ ਲੂਣ ਵਾਲੇ ਪਾਣੀ ਦਾ ਕੀ ਕਰਿਆ ਕਰਾਂਗੇ, ਆਪਾਂ ਲੂਣ ਲੂਣ ਕੱਢ ਦਿਆ ਕਰਾਂਗੇ ਵਿੱਚੋਂ, ਤੂੰ ਦੱਸ ਜਾਣਾ ਹੁਣ, ਮੈਨੂੰ ਹੁਣੇ ਦੱਸ ਦੇ, ਮੈਂ ਹੁਣੇ ਤੋਂ ਨਾਲ ਖਾਣਾ ਨਿਆਣੇ ਤੇਰੇ ਦਾ, ਕਿੰਨੀ ਨਿਆਣੇ ਤੇਰੇ ਕੈਨੇਡਾ ਜਾਣਾ, ਲੈ ਤਾਂ ਮੁੱਕਰ ਗਏ, ਚਲੋ ਤੂੰ ਮੱਪੀ ਥੋੜ੍ਹੀ ਦੇਰ ਕੇ ਬਾਅਦ ਜਾਣਾ, ਠੀਕ ਕੋਈ ਬਾਤ ਨਹੀਂ, ਉਹ ਅੱਗੇ ਹੀ ਪਤਾ ਕਿਆ, ਹਮਾਰੇ ਪਾਸ ਛੋਟਾ ਪੀਪਾ ਨਹੀਂ ਹੈ, ਜੋ ਛੋਟੇ ਬੱਚੇ ਪੀਪੇ ਮੈਂ ਡਾਲ ਕੇ ਲਿਜਾਣੇ ਪੜੇਂਗੇ, ਪੀਪਾ ਜਹਾਜ਼ ਮੇ ਰੱਖਣੇ ਕੀ ਉਹ ਜਗ੍ਹਾ ਨਹੀਂ ਮਿਲੇਗੀ, ਹਾਂ ਤੇ ਨਾਲ ਤੁਸੀਂ ਉਹ ਖੰਘ ਦੀ ਦਵਾਈ ਲੈਣੀ ਸੀਗੀ, ਭੈਣ ਮੈਂ ਖੰਘ ਦੀ ਦਵਾਈ ਤਾਂ ਬਹੁਤ ਡਾਕਟਰਾਂ ਤੋਂ ਲੈ ਲਈ ਆ, ਹੁਣ ਮੈਂ ਇੱਥੋਂ ਲਾਗਿਓ ਲੈ ਕੇ ਆਈ, ਹੁਣ ਤਾਂ ਫਰਕ ਆ, ਸਾਡੇ ਉੱਥੇ ਲਾਗੇ ਇੱਕ ਡਾਕਟਰ ਹੈਗਾ ਆ, ਉਹ ਨਾ ਜਿਹੜਾ ਆਪਾਂ ਕੰਧਾਂ ਨਹੀਂ ਸਾਫ਼ ਕਰਦੇ, ਜਿਹੜੇ ਬੁਰਸ਼ ਨਾਲ ਤਾਰਾਂ ਵਾਲਾ ਬੁਰਸ਼ ਗਲ 'ਚ ਪੇਰਦਾ, ਉਹਨੂੰ ਬਹੁਤ ਆਰਾਮ ਆ ਜਾਂਦਾ ਆ, ਉਹ ਤਾਰਾਂ ਵਾਲਾ ਬੁਰਸ਼ ਤੁਸੀਂ ਮਰਾ ਲਿਆ ਉਹਦੇ ਕੋਲੋਂ, ਉਹਨੇ ਤੁਹਾਡੇ ਖੰਘ ਨੂੰ ਉਹਨੇ ਨਾ ਦਵਾਈ ਲਾ ਦੇਣੀ, ਐਨ ਖੰਘਰੀ ਖੁੰਗਰੀ ਤੁਹਾਡੀ ਠੀਕ ਹੋ ਜਾਣੀ ਆ, ਹੋਰ ਨਾ ਕਿਤੇ ਦਮਾ ਕਰਾ ਲਿਓ ਖੰਘ ਨਾ ਇੰਨੀ ਦੇ ਨਾਲ, ਉਹ ਬੁਰਸ਼ ਮਰਾ ਲਿਆ ਡਾਕਟਰ ਦੇ ਕੋਲੋਂ, ਹੋਰ ਉਹ ਜਿੰਨੇ ਵੀ ਪੜ੍ਹੇ ਲਿਖੇ ਲੋਕ ਆ ਸਾਰੇ ਉਸ ਡਾਕਟਰ ਕੋਲ ਜਾਂਦੇ ਆ, ਅਨਪੜ੍ਹ ਗੋਲੀਆਂ ਗਾਲੀਆਂ ਲੈਂਦੇ ਆ, ਪੜ੍ਹੇ ਲਿਖੇ ਨਹੀਂ ਜਾਂਦੇ ਡਾਕਟਰਾਂ ਕੋਲ, ਹਾਂ ਪੜ੍ਹੇ ਲਿਖੇ ਤਾਂ ਇਹ ਦੇਸੀ ਦਵਾ ਇਲਾਜ ਜਿਹੜਾ ਇਹ ਕਰਦੇ, ਚੱਲ ਮੈਂ ਫਿਰ ਆ ਜਾਊਂਗੀ ਤੇਰੇ ਕੋਲ ਤੇ ਤੂੰ ਮੈਨੂੰ ਲੈ ਚੱਲੀ ਉਹ ਡਾਕਟਰ ਕੋਲ, ਇੱਦਾਂ ਕਰਦੇ ਆ ਫਿਰ ਇੱਦਾਂ ਕਰ, ਜਦੋਂ ਹੁਣ ਮੈਨੂੰ ਫਿਰ ਤੂੰ ਲੈ ਜਾਊਂਗੀ ਨਾਲ ਹੀ, ਗੱਡੀ ਗੁੱਡੀ ਤਾਂ ਕਿੱਦਾਂ ਕਰਨੀ ਆ, ਗੱਡੀ ਗੁੱਡੀ ਫਿਰ ਆਪਾਂ ਨੂੰ ਭੂੰਡ ਕਰਨਾ ਪੈਣਾ, ਭੂੰਡ ਜਾਵਾਂਗੇ ਆਪਾਂ, ਹੋਰ ਭੂੰਡ ਚੱਦੇ ਥੱਲੇ ਬਹਿ ਜਾਣਗੇ, ਅੱਧੇ ਉੱਤੇ ਬਹਿਣਗੇ, ਜਿਹੜੇ ਰਹਿੰਦੇ ਖੁੰਦੇ ਨਾਲ ਲਮਕ ਜਾਣਗੇ, ਹੋਰ ਬੱਚਾ ਆਪਾਂ ਦਿੱਲੀ ਆ ਤੇ ਲਮਕ ਲਮ ਕੇ ਕਿੱਦਾਂ ਜਾਵਾਂਗੇ, ਚੱਲ ਕੋਈ ਨੀ ਜਿੱਥੇ ਆਪਾਂ ਨਾਲ ਤੱਪੜ ਲੈ ਜਾਣਾ, ਜਿਹੜਾ ਜਿਹਦੇ ਤੇ ਤੂੜੀ ਢੋਲਦੇ ਹੁੰਦੇ ਭਾਪੇ ਹੁਣੀ, ਉਹ ਵਿਛਾ ਕੇ ਤਾਂ ਆਪਾਂ ਉੱਥੇ ਘੜੀ ਲੰਮੇ ਪੈ ਲਵਾਂਗੇ, ਰਾਹ 'ਚ ਘੜੀ ਕਾ ਆਪਾਂ ਤੁਰ ਪਿਆ ਕਰਾਂਗੇ, ਆਪਾਂ ਪਹੁੰਚ ਜਾਣਾ ਇੱਦਾਂ ਹੀ, ਪੜ੍ਹੇ ਲਿਖੇ ਇੱਦਾਂ ਹੀ ਜਾਂਦੇ ਹੁੰਦੇ ਆ, ਆਪਾਂ ਇੱਦਾਂ ਕਰਾਂਗੇ ਦਿੱਲੀ ਨੂੰ 3-4 ਦਿਨ ਪਹਿਲਾਂ ਹੀ ਤੁਰਾਂਗੇ, ਹੋਰ 3-4 ਦਿਨ ਪਹਿਲਾਂ ਹੀ ਉੱਥੇ, ਕਹਿੰਦੇ ਗੁਰਦੁਆਰਾ ਨਾਲ ਲੰਗਰ ਖਾਵਾਂਗੇ 2-4 ਦਿਨ ਉੱਥੇ, ਚੱਲ ਇਹ ਵੀ ਸਹੀ, ਹੋਰ ਨਾਲੇ ਆਪਾਂ ਨੂੰ ਕੋਟਾ 15 ਦਿਨ ਪਹਿਲਾਂ ਹੀ ਚੱਲ ਜਾਂਦੇ, ਹਾਂ ਨਾਲੇ 10 ਦਿਨ ਲੰਗਰ ਖਾਈ ਜਾਵਾਂਗੇ, 5 ਦਿਨ ਉੱਥੇ ਘੁੰਮੀ ਫਿਰੀ ਜਾਵਾਂਗੇ, ਹੈ ਨਾ, ਹੋਰ ਦਿੱਲੀ ਮੈਂ ਤਾਂ ਕਹਿੰਦੀ ਰਹਿ ਲੈਣੀ, ਜੇ ਲੰਗਰ ਫ੍ਰੀ ਹੈ ਤਾਂ ਉੱਥੇ ਹੀ ਨਾ ਰਹਿ ਲਈਏ, ਨਹੀਂ ਕੈਨੇਡਾ ਵੀ ਕਹਿੰਦੇ ਲੰਗਰ ਬਥੇਰਾ ਵਧੀਆ ਮਿਲਦਾ ਆ, ਹੋਰ ਕੈਨੇਡਾ ਵਾਲੇ ਗੁਰਦੁਆਰੇ ਕਹਿੰਦੇ ਲੰਗਰ ਗਾਜਰਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ, ਸਾਡੇ ਪਿੰਡ ਬੁੜੀ ਆਈ ਸੀ ਇੱਕ, ਉਹ ਮੈਨੂੰ ਦੱਸ ਕੇ ਗਏ, ਕਹਿੰਦੀ ਕੈਨੇਡੇ 'ਚ ਇੱਦਾਂ ਪੈਕ ਕਰ ਕਰਕੇ ਲੰਗਰ ਦਿੰਦੇ ਆ, ਉਹ ਘਰ ਨੂੰ ਵੀ ਲੈ ਆਓ, ਆਪਾਂ ਕਿਹੜਾ ਉੱਥੇ ਕੰਮ ਕਰਨਾ ਜਾ ਕੇ, ਆਪਾਂ ਗੁਰਦੁਆਰੇ ਚਲ ਜਾ ਕਰਨਾ ਆ, ਗੁਰਦੁਆਰੇ ਆਪਾਂ ਲੰਗਰ ਪੈਕ ਕਰਾ ਕੇ ਲੈ ਆ ਕਰਨਾ, ਆਪ ਖਾ ਆ ਕਰਨਾ, ਜਿਹੜੇ 2-4 ਜੀ ਘਰ ਹੋਣਗੇ ਉਹਨਾਂ ਲਈ ਲੈ ਆ ਕਰਨਾ ਆ, ਆਪਾਂ ਵਿਹਲੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ, ਆਪਾਂ ਕਿਹੜਾ ਇੱਥੇ ਕਿਸ਼ਤਾਂ ਲੈ ਕੋਈ ਨਿਆਣਾ ਨਹੀਂ ਲੱਗ ਜਾਣਾ, ਤੂੰ ਕਹਿੰਦੀ ਲੰਗਰ ਲੈ ਜਾਣਾ, ਤੂੰ ਜਿਹੜਾ ਲਿਆਈ ਮੈਨੂੰ ਦੇ ਦਿਆ ਕਰੀ, ਮੈਂ ਤੁਹਾਡੇ ਘਰ ਫੜਾ ਜਿਆ ਕਰੂੰਗੀ, ਮੈਂ ਤੁਹਾਡੇ ਘਰ ਫੜਾ ਜਿਆ ਕਰੂੰਗੀ, ਮੈਂ ਇੱਥੇ ਲੰਗਰ ਕੀ ਕਰਨਾ ਆ, ਆਹੋ ਮੈਂ ਕਹਿੰਦੀ ਬੜਾ ਘਰ ਘੁਰ ਵੀ ਨਹੀਂ ਆਪਾਂ ਲੈਣਾ ਜਾ ਕੇ ਉੱਥੇ ਇੱਕ ਘਰ, ਉਹ ਆਪਾਂ ਕੀ ਕਰਨਾ, ਆਪਾਂ ਇੱਦਾਂ ਕਰਾਂਗੇ, ਆਪਾਂ ਮੇਰੇ ਵਾਲੇ ਅਮਲੀ ਦਾ ਕਿੱਲਾ ਵੇਚ ਦੇਵਾਂਗੇ, ਇੱਕ ਪਹਿਲਾਂ ਵੇਚਿਆ ਇੱਕ ਹੁਣ ਵੇਚ ਦੇਵਾਂਗੇ, ਉਹ ਵੇਚ ਕੇ ਆਪਾਂ ਉੱਥੇ ਕੈਨੇਡੇ 'ਚ ਘਰ ਲੈ, ਮੈਂ ਖਸਮਾਂ ਨੂੰ ਖਾਵੇ ਛਕੀ ਜਾਵੇ ਇੱਥੇ ਫੀਮ, ਮੈਨੂੰ ਕੱਟੇ ਆਂਗੂ ਖਾਣ ਨੂੰ ਪੈਂਦਾ, ਇੰਨਾ ਗੰਦਾ ਬੰਦਾ, ਕੱਟੇ ਆਂਗੂ ਪੈਂਦਾ ਮੈਨੂੰ, ਕੱਟੇ ਆਂਗੂ ਮੇਰੀ ਜ਼ਿੰਦਗੀ ਖਰਾਬ ਕੀਤੀ ਪਈ ਹੈ, ਕੋਈ ਗੱਲ ਨੀ ਹੁਣ ਤੂੰ ਛੱਡੇ ਦੇਣਾ, ਹੁਣ ਕਾਹਤੇ ਨੂੰ ਗਾਲਾਂ ਕੱਢੀ, ਹੱਲੇ ਛੱਡਣੇ ਨੂੰ ਵੀ ਤਾਂ ਹਜੇ 2-3 ਮਹੀਨੇ ਲੱਗ ਜਾਣੇ, ਇੰਨੀ ਛੇਤੀ ਛੁੱਟਣਾ ਵੀ ਹੈ ਨੀ, ਮੇਰੀ ਤਾਂ ਬਹੁਤ ਜ਼ਿੰਦਗੀ ਖਰਾਬ ਹੋਈ ਪਈ, ਮੈਂ ਕਿੱਥੇ ਜਾਵਾਂ, ਮੇਰੀ ਤਾਂ ਸੱਸ ਵੀ ਇੰਨੀ ਕੀ ਕਵਾਂ ਮੈਂ ਤੁਹਾਨੂੰ, ਹੁਣ ਮੈਂ ਗਾਲ ਕੱਢਦੀ ਵੀ ਨਹੀਂ ਚੰਗੀ ਲੱਗਦੀ, ਸਿਆਣੀ ਬਿਆਣੀ ਆ, ਉਹਨੂੰ ਵੀ ਮੇਰਾ ਬਹੁਤ ਲਹੂ ਪੀਤਾ, ਜੇ ਮੈਂ ਉਹਨੂੰ ਕਵਾਂ ਵੀ ਮੈਂ ਪੜ੍ਹੀ ਲਿਖੀ ਹਾਂ ਵੀ ਜੀ ਮੈਂ ਬਾਲ ਬਾਹਵਾਂ, ਤਾਂ ਮੈਨੂੰ ਕਹਿੰਦੀ ਝਾਟਾ ਖਿਲਾਰ ਕੇ ਫਿਰਦੀ, ਅਲਾ ਦੱਸ ਇਹ ਕੋਈ ਗੱਲ ਆ, ਨਹੀਂ ਤੂੰ ਤਾਂ ਮੈਨੂੰ ਅੱਗੇ ਕਹਿੰਦੀ ਮੇਰੀ ਸੱਸ ਵੀ ਬੜੀ ਚੰਗੀ ਆ, ਹਾਂ ਚੰਗੀ ਚੰਗੀ ਤਾਂ ਮੈਨੂੰ ਲੋਕਾਂ ਸਾਹਮਣੇ ਕਹਿਣਾ ਪੈਂਦਾ, ਉਹ ਬਹੁਤ ਜਲੂਸ ਕੱਢ ਕੇ ਰੱਖਦੀ ਮੇਰਾ, ਮੈਂ ਬੜੀ ਦੁਖੀ ਹਾਂ ਉਸ ਬੁੱਢੀ ਤੋਂ, ਹੋਰ ਮੇਰਾ ਤਾਂ ਕਦੇ ਬੱਸ ਨਹੀਂ ਚੱਲਦਾ, ਨਹੀਂ ਤਾਂ ਮੈਂ ਤਾਂ ਉਸ ਬੁੱਢੀ ਦਾ ਟੇਟੂਆ ਦਵਾ ਦਵਾਂ, ਤੁਹਾਨੂੰ ਮੈਂ ਸਹੀ ਦੱਸਾਂ, ਜਿੰਨੀ ਮੈਂ ਉਹ ਤੋਂ ਦੁਖੀ ਹਾਂ, ਫਿਰ ਤੂੰ ਕੈਨੇਡਾ ਨਹੀਂ ਜਾਣਾ, ਫਿਰ ਤੂੰ ਉੱਧਰ ਹੀ ਚੱਲ ਜਾਣਾ, ਹਾਂ ਤਾਂ ਹੀ ਤਾਂ ਫਿਰ ਮੈਂ ਸਬਰ ਦਾ ਘੁੱਟ ਕਰਕੇ ਬੈਠੀ ਹਾਂ ਵੀ ਚੱਲ ਕਿਤੇ ਮਹਾਰਾਜ ਬਾਬਾ ਦੀਪ ਸਿੰਘ ਮੇਰੀ ਵੀ ਕਿਤੇ ਸੁਣੂਗਾ ਹੀ, ਕਿਤੇ ਇੰਨੀ ਪੜ੍ਹੀ ਲਿਖੀ ਦੇ ਕਿਤੇ ਬਾਬਾ ਕਦੀ ਨਾ ਕਦੀ ਤਾਂ ਕਿਤੇ ਬਾਬਾ ਬੋੜਦਾ ਹੀ ਆ, ਬਾਬਾ ਦੀਪ ਸਿੰਘ ਜੀ ਕਿਤੇ ਮੇਰੀ ਵੀ ਸੁਣਿਓ ਵਿਚਾਰੀ ਦੀ।